वाहिगुरु जी का खालसा, वाहिगुरु जी की फतेह। अज मैं उस जगह ते खड़ा वा जिस जगह ते शहीद जिहड़ा परसों सिंह शहीद हो गया, उस फैमिली दे विच मैं खड़ा वा। इस टाइम मैं भाई साहब नाल गल करदा वा। भाई साहब जी, वाहिगुरु जी का खालसा, वाहिगुरु जी की फतेह। जी वीर जी, जिहड़ा सिंह शहीद होया उह तुहाडा की लगदा जी? पंज सौ। ਤੁਸੀਂ ਇਟਲੀ ਤੋਂ ਆਏ ਹੈ ਨਾ ਜੀ? ਇੰਗਲੈਂਡ ਤੋਂ। ਹਾਂਜੀ, ਇੰਗਲੈਂਡ ਤੋਂ। ਤੁਸੀਂ ਤਾਂ ਇਟਲੀ ਤੋਂ ਆਏ ਨਾ? ਮੈਂ ਇੰਗਲੈਂਡ ਰਹਿੰਦਾ ਹੁਣ। ਅੱਛਾ, ਆਪ ਜੀ ਇੰਗਲੈਂਡ ਰਹਿੰਦੇ ਜੀ, ਠੀਕ ਹੈ। ਤੁਸੀਂ ਦੱਸੋ ਕਿ ਜਿਹੜਾ ਭਾਣਾ ਵਾਪਰਿਆ ਉਹ ਕਿੱਦਾਂ ਵਾਪਰਿਆ, ਤੁਹਾਨੂੰ ਜਿਹੜਾ ਫੋਨ ਗਿਆ ਉਹ ਕਿੱਦਾਂ ਗਿਆ? ਫੋਨ ਕੱਲ੍ਹ ਸਿੱਖ ਚੈਨਲ ਜਿੱਦਣ ਪ੍ਰੋਬਲਮ ਪਈ ਹੈ 28-29 ਤਰੀਕ ਨੂੰ, ਅਤੇ ਮੈਂ ਫੋਨ ਕੀਤਾ। ਲਾਈਵ ਪ੍ਰੋਗਰਾਮ ਚੱਲ ਰਿਹਾ ਸੀ ਉੱਥੇ, ਅਤੇ ਲਾਈਵ ਪ੍ਰੋਗਰਾਮ ਚੱਲਦੇ ਚੱਲਦੇ ਆਏ ਅਤੇ ਬਲਬੀਰ ਸਿੰਘ ਕੋਈ ਇੱਥੋਂ ਪ੍ਰੈਸ ਰਿਪੋਰਟਰ ਅੰਮ੍ਰਿਤਸਰ ਤੋਂ, ਉਹਨਾਂ ਨੇ ਫੋਨ ਕੀਤਾ ਵੀ ਜਿੱਦਾਂ ਗੁਰਦਾਸਪੁਰ ਵਿੱਚ ਸ਼ਿਵ ਸੈਨਾ ਦੇ ਸਿੰਘਾਂ ਦੀ ਝੜਪ ਹੋ ਗਈ ਹੈ ਅਤੇ ਇੱਕ ਸਿੰਘ ਸ਼ਹੀਦ ਹੋ ਗਿਆ ਅਤੇ ਇੱਕ ਨੂੰ ਗੋਲੀਆਂ ਵੱਜੀਆਂ। ਅਤੇ ਮੈਂ ਉਸੇ ਟਾਈਮ ਹੀ ਆਪਣੇ ਘਰ ਆਪਣੇ ਫੋਨ ਲਾਇਆ ਅਤੇ ਫੋਨ ਕਰਦੇ ਸਾਰੇ ਉਹ ਘਰਦੇ ਕਹਿੰਦੇ ਹੁਣੇ ਹੀ ਜਿਵੇਂ ਕਿ ਸਾਨੂੰ ਵੀ ਫੋਨ ਆਇਆ ਵੀ ਸਾਡਾ ਆਪਣਾ ਹੀ ਜੇ ਬੱਚਾ ਜਿਵੇਂ ਕਿ ਸ਼ਹੀਦ ਹੋ ਗਿਆ। ਉਸ ਟਾਈਮ ਹੀ ਫਿਰ ਮੈਂ ਬਾਅਦ 'ਚ ਸਿੱਖ ਚੈਨਲ ਨਾਲ ਰਾਬਤਾ ਕੀਤਾ ਅਤੇ ਉਹਨਾਂ ਨੇ ਸਾਰੀ ਜੋ ਵੀ ਫਿਰ ਡਿਟੇਲ ਦੱਸੀ ਜਿੱਦਾਂ ਇੱਦਾਂ ਹੋਇਆ, ਨਾਂ ਦੀ ਪਤਾ ਨਹੀਂ ਸੀ, ਨਾਂ ਕੀ ਉਹਨਾਂ ਦਾ, ਫਿਰ ਨਾਂ ਦਾ ਪਿੰਡ ਦਾ, ਫਿਰ ਸਾਰਾ ਹੌਲੀ ਹੌਲੀ ਫਿਰ ਸਾਰੇ ਸਾਹਮਣੇ ਆਏ ਗਿਆ ਮੀਡੀਆ ਦੇ। ਅਤੇ ਹੋਰ ਬਾਕੀ ਸਾਰਿਆਂ ਦਾ ਧੰਨਵਾਦ, ਜਿਹੜੇ ਜਿਹੜੇ ਸਿੱਖ ਚੈਨਲ ਵਾਲਿਆਂ ਤੁਹਾਡਾ, ਜਿਹਨੇ ਸਾਰਿਆਂ ਨੇ ਰਲ ਮਿਲ ਕੇ ਕਾਰਜ ਨੂੰ ਮਤਲਬ ਕਿ ਸਾਰੀ ਰਿਕਵਰਿੰਗ ਕਰਨ ਡਏ ਨੇ। ਬਹੁਤ ਬਹੁਤ ਧੰਨਵਾਦ। ਸਾਨੂੰ ਬਹੁਤ ਫਖਰ ਹੈ ਵੀ ਉਹ ਸਿੰਘ ਜਿਹੜਾ ਸਾਡਾ ਬੱਚਾ ਸ਼ਹੀਦ ਹੋਇਆ ਵਾ। ਅਤੇ ਇੱਕ ਆਪਣੇ ਪ੍ਰੋਬਲਮ ਵੱਡੀ ਗੱਲ ਇਹ ਹੈ, ਮਹਿਸੂਸ ਦੀ ਗੱਲ ਇਹ ਹੈ ਵੀ ਜਿਹੜੇ ਮਤਲਬ ਨੇਤੇ 'ਤੇ ਗੋਲੀਆਂ ਚਲਾਈਆਂ ਨੇ ਉਹਨਾਂ ਦੇ, ਹਾਂਜੀ, ਅਤੇ ਨੇਤੇ 'ਤੇ ਗੋਲੀ ਨਾ ਚਲਾਉਂਦੇ ਅਸੀਂ ਸੋਚਦੇ ਜਾਂ ਦੋ ਚਾਰ ਨੂੰ ਮਾਰ ਕੇ ਸ਼ਹੀਦ ਹੁੰਦਾ ਅਤੇ ਫਿਰ ਸਾਨੂੰ ਹੋਰ ਫਖਰ ਹੋਣਾ ਹੈ, ਪਰ ਫਿਰ ਵੀ ਅਸੀਂ ਉਹਦੇ 'ਤੇ ਫਖਰ ਕਰਦੇ ਹਾਂ। ਅਤੇ ਸੋ ਮੈਂ ਹੁਣੇ ਅਜੇ ਆਇਆ ਹੀ ਹਾਂ ਅਤੇ ਕਸ ਕਿਤੇ ਅਸੀਂ ਖਾਰੇ ਚਾੜਨਾ ਸੀ, ਖਾਰੇ ਲਾਉਣਾ ਸੀ ਅੱਜ ਉਹਦੇ ਅਰਥੀ ਨੂੰ, ਕੰਧਾ ਦੇਣਾ ਪੈਣਾ। ਵਿੱਚ ਜਿਹੜੇ ਪੁਲਿਸ ਆਫਿਸਰਾਂ ਨੇ ਗੋਲੀਆਂ ਚਲਾਈਆਂ ਉੱਤੇ ਪਰਚਾ ਹੋ ਗਿਆ ਕਿ ਨਹੀਂ ਹਜੇ ਤੱਕ? ਉਹਨਾਂ ਦੇ ਪਰਚਾ ਗੱਲਾਂ ਹੋਣੇ ਚੱਲ ਰਹੀਆਂ ਵੀ ਕੁਛ ਕਹਿੰਦੇ ਹੋ ਗਿਆ, ਕੁਛ ਕਹਿੰਦੇ ਨਹੀਂ ਹੋਇਆ ਅਜੇ। ਉਹ ਤਾਂ ਸਾਰਿਆਂ ਨੂੰ ਇਹ ਸਾਰਿਆਂ ਦੇ ਸਾਹਮਣੇ ਆ ਵੀ ਜਦੋਂ ਵੀ ਸਿੱਖਾਂ 'ਤੇ ਕੋਈ ਭਾਰੀ ਪੈਂਦੀ ਆ ਅਤੇ ਸਿੱਖਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਵਾ, ਦੂਜੇ ਪਾਸੇ ਕਿਸੇ ਨੂੰ ਵੀ ਕੋਈ ਗੋਲੀ ਨਹੀਂ ਲੱਗਦੀ, ਉੱਧਰ ਕੋਈ ਗੋਲੀ ਨਹੀਂ ਜਾਂਦੀ, ਸਿਰਫ ਇੱਕ ਸਿੱਖਾਂ ਵਾਸਤੇ ਗੋਲੀ ਹੈ ਅਤੇ ਹੋਰ ਦੂਜੇ ਵਾਸਤੇ ਨਹੀਂ। ਪਰ ਇਹਦੇ ਵਿੱਚ ਮੈਂ ਇਹ ਕਹਿਣੀ ਚਾਹੁੰਦਾ ਵਾ ਵੀ ਆਉਣ ਵਾਲਾ ਟਾਈਮ ਜੇ ਇਹਨਾਂ ਨੇ, ਆਉਣ ਵਾਲੀ ਜਿਹੜੀ ਸਰਕਾਰ ਆ ਬਦਲ ਸਰਕਾਰ, ਜੇ ਨਾ ਕੁਛ ਇਹਨਾਂ ਨੇ ਇਹਦਾ ਕੋਈ ਫੋਰਸ ਕਦਮ ਚੁੱਕਿਆ ਅਤੇ ਇਹ ਆਉਣ ਵਾਲੇ ਟਾਈਮ 'ਤੇ ਪਤਾ ਨਹੀਂ ਸਾਨੂੰ ਹੋਰ ਨਾ ਕੋਈ ਸਿੰਘ ਸ਼ਹੀਦ ਕਰਵਾਉਣੇ ਪੈਣ, ਅਤੇ ਮੈਂ ਬੇਨਤੀ ਕਰਦਾ ਸਰਕਾਰ ਨੂੰ ਵੀ ਵੀ ਇਹ ਕੋਈ ਇਹਦਾ ਕੋਈ ਢੁਕਵਾਂ ਮਤਲਬ ਕਿ ਠੋਸ ਕਦਮ ਚੁੱਕੇ, ਅਤੇ ਨਹੀਂ ਤਾਂ ਇਹ ਕੰਮ ਵਧਣਾ ਘਟਣਾ ਨਹੀਂ ਹੈਗਾ। ਇੱਥੇ ਕਿਵੇਂ ਜਾ ਸਕਾਂ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਹੜੀ ਘਟਨਾ ਵਾਪਰੀ ਆ ਕੱਲ੍ਹ, ਸਿੱਖ ਸਿੰਘ ਪਰਸੋਂ ਇੱਕ ਸਿੰਘ ਸ਼ਹੀਦ ਹੋ ਗਿਆ ਵਾ, ਉਹਦੇ ਪ੍ਰਤੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਕੇਂਦਰ ਦੀ ਹਕੂਮਤ ਚਾਹੇ ਉਸ ਦੇ ਵਿੱਚ ਪੰਜਾਬ ਹੈ
ਪੰਜਾਬ ਦੀ ਹਕੂਮਤ ਇਹ ਸਾਨੂੰ ਗੁਲਾਮੀ ਦਾ ਅਹਿਸਾਸ ਕਰਾ ਰਹੇ ਨੇ ਵਾਰ ਵਾਰ ਔਰ ਜਿਵੇਂ ਗੁਲਾਮਾਂ ਦੇ ਨਾਲ ਸਲੂਕ ਕੀਤਾ ਜਾਂਦਾ ਉਹ ਸਲੂਕ ਸਾਡੇ ਨਾਲ ਇਹ ਕਰ ਰਹੇ ਨੇ ਔਰ ਸਾਡੇ ਸਿੱਖ ਨੌਜਵਾਨ ਜਿਹੜੇ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਸੀ, ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸੀ, ਉਹਨਾਂ ਦੇ ਉੱਪਰ ਜਿਵੇਂ ਜਲਿਆਂਵਾਲੇ ਬਾਗ ਦੇ ਵਿੱਚ ਅੰਗਰੇਜ਼ਾਂ ਨੇ ਗੋਲੀਆਂ ਚਲਾ ਕੇ ਉੱਥੇ ਸੈਂਕੜੇ ਸਿੱਖਾਂ ਨੂੰ ਉਸ ਵਕਤ ਵੀ ਸ਼ਹੀਦ ਕੀਤਾ ਸੀ, ਪੰਜਾਬੀਆਂ ਨੂੰ ਸ਼ਹੀਦ ਕੀਤਾ ਸੀ, ਉਵੇਂ ਇਹਨਾਂ ਸਾਡੇ ਨਾਲ ਇਹ ਘਟਨਾ ਵਾਪਰੀ ਹੈ। ਸਾਡੇ ਸਿੱਖ ਨੌਜਵਾਨ ਭਾਈ ਜਸਪਾਲ ਸਿੰਘ ਔਰ ਵੀਰ ਰਣਜੀਤ ਸਿੰਘ ਤੇ ਹੋਰ ਕਿੰਨੇ ਸੈਂਕੜੇ ਜਿਹੜੇ ਨੌਜਵਾਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ, ਲਾਠੀਚਾਰਜ ਕੀਤਾ ਗਿਆ, ਜਿਹਦੇ ਵਿੱਚ ਭਾਈ ਜਸਪਾਲ ਸਿੰਘ ਸ਼ਹੀਦ ਹੋਏ ਨੇ। ਔਰ ਭਾਈ ਜਸਪਾਲ ਸਿੰਘ ਇੱਕ ਅਨਮੋਲ ਹੀਰਾ ਸੀ ਕੌਮ ਦਾ, ਜਿਹੜਾ ਕਿ ਆਪਣੇ ਮਾਪਿਆਂ ਦਾ ਖਲੋਤਾ ਬੇਟਾ ਸੀ ਔਰ ਇੱਕ ਹੋਣਹਾਰ ਨੌਜਵਾਨ ਸੀ, ਸਟੂਡੈਂਟ ਸੀ, ਔਰ ਉਸਨੇ ਅਜੇ ਸੰਸਾਰ ਦੇ ਵਿੱਚ ਆਪਣੀ ਕੌਮ ਪ੍ਰਤੀ ਬੜੀ ਸੇਵਾ ਕਰਨੀ ਸੀ, ਲੇਕਿਨ ਉਹ ਸਾਡੇ ਕੋਲ ਖੋਹ ਲਿਆ ਗਿਆ। ਇਹ ਆਪਣੇ ਆਪ ਵਿੱਚ ਇੱਕ ਬੜੀ ਸ਼ਰਮਨਾਕ ਔਰ ਦਰਦਨਾਕ ਘਟਨਾ ਹੈ, ਜਿੰਦੀ ਜਿੱਥੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਪੁਰਜ਼ੋਰ ਨਿੰਦਾ ਅਸੀਂ ਕਰਦੇ ਹਾਂ, ਉੱਥੇ ਅਸੀਂ ਸਵਾਲ ਕਰਦੇ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਅਜੇ ਵੀ ਇਹਨਾਂ ਨੂੰ ਪੰਥਕ ਸਰਕਾਰ ਕਹਿੰਦੇ ਨੇ। ਜੇ ਕਰ ਵਾਕਿਆ ਇਹ ਪੰਥਕ ਸਰਕਾਰ ਹੋਵੇ, ਬਾਦਲ ਸਾਹਿਬ ਦਾ ਆਪਣਾ ਬੇਟਾ ਵੀ ਇਕਲੌਤਾ ਤੇ ਇੱਧਰ ਵੀ ਇੱਕ ਇਕਲੌਤਾ ਬੇਟਾ ਜਿਹੜਾ ਉਹਦੀ ਲਾਸ਼ ਪਈ ਹੋਈ ਹੈ, ਤੇ ਕੀ ਕਾਰਵਾਈ ਅੱਜ ਤੱਕ ਇਹਨਾਂ ਨੇ ਕੀਤੀ ਹੈ? 24 ਘੰਟੇ ਇਸ ਘਟਨਾ ਨੂੰ ਹੋ ਗਏ ਨੇ, 36 ਘੰਟੇ ਬੀਤ ਚੁੱਕੇ ਨੇ, ਲੇਕਿਨ ਅਜੇ ਤੱਕ ਜਿਹੜੇ ਦੋਸ਼ੀ ਪੁਲਿਸ ਵਾਲੇ ਨੇ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਗੋਂਗਲੂਆਂ ਤੋਂ ਮਿੱਟੀ ਝਾੜਨ ਦੀਆਂ ਕਰਤੂਤਾਂ ਹੋ ਰਹੀਆਂ ਨੇ, ਔਰ ਕਦੀ ਜੀ ਕਹਿੰਦੇ ਕਿ ਅਸੀਂ ਨਾਇਬ ਤਹਿਸੀਲਦਾਰ ਨੂੰ ਸਸਪੈਂਡ ਕਰ ਦਿੱਤਾ, ਕਦੀ ਕਹਿੰਦੇ ਕਿ ASI ਨੂੰ। ਉਹਨਾਂ ਨੂੰ ਹੁਕਮ ਕਿਹਨੇ ਕੀਤਾ? ਜਿਹੜਾ ਪ੍ਰਸ਼ਾਸਨ ਹੁਕਮ ਕਰਨ ਵਾਲਾ DC ਹੈ ਜਾਂ SSP, ਉਹਨਾਂ ਦੇ ਖਿਲਾਫ਼ ਕੀ ਕਾਰਵਾਈ ਹੋਈ? ਤੇ ਸਵਾਲ ਹੈ ਸਾਡੇ ਸਿੰਘ ਸਾਹਿਬਾਨਾਂ ਨੂੰ, ਇਹ ਸਵਾਲ ਹੈ ਸਾਡੀ ਕੌਮ ਦੇ ਉਹਨਾਂ ਲੀਡਰਾਂ ਨੂੰ ਜਿਹੜੇ ਕਹਿੰਦੇ ਨੇ ਕਿ ਅਸੀਂ ਕੌਮ ਦੇ ਬੜੇ ਵੱਡੇ ਆਗੂ ਹਾਂ, ਅੱਜ ਉਹ ਕਿੱਥੇ ਨੇ? ਅੱਜ ਕਿਉਂ ਅੱਜ 6 ਫੁੱਟ ਦਾ ਜਵਾਨ ਸਾਡੇ ਅੱਗੇ ਲੋਥ ਬਣ ਕੇ ਪਿਆ ਹੋਇਆ? ਕੀ ਅਸੀਂ ਕਰ ਸਕੇ ਹਾਂ? ਔਰ ਅਸੀਂ ਕਹਿੰਦੇ ਹਾਂ ਕਿ ਭਾਈ ਰਾਜੋਆਣਾ ਦੀ ਫਾਂਸੀ ਰੱਦ ਕਰਾਉਣੀ ਹੈ। ਸਾਰਾ ਖਾਲਸਾ ਪੰਥ ਕੇਸਰੀ ਝੰਡੇ ਲੈ ਕੇ ਇਹ ਇਕੱਠਾ ਹੋਇਆ ਪੂਰੇ ਪੰਜਾਬ ਵਿੱਚ, ਤੇ ਅੱਜ ਕਿੱਥੇ ਹੈ? ਅੱਜ ਸਾਨੂੰ ਸੋਚਣਾ ਪਵੇਗਾ, ਸਾਨੂੰ ਵਿਚਾਰਨਾ ਪਵੇਗਾ। ਸੋ ਸਾਨੂੰ ਬਿਨਾਂ ਕਿਸੇ ਭੜਕਾਟ ਤੋਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ਼ ਜਿੰਨੀ ਦੇਰ ਤੱਕ ਕਾਰਵਾਈ ਨਹੀਂ ਹੁੰਦੀ ਉਨੀ ਦੇਰ ਤੱਕ ਅਸੀਂ ਚੈਨ ਨਾਲ ਨਹੀਂ ਬੈਠ ਸਕਦੇ। ਬਾਈ ਸਾਹਿਬ ਜੀ, ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿੱਦਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਕੇਂਦਰ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਇੱਕ ਚਿੱਠੀ ਲੈਟਰ ਲੈ ਕੇ ਆਏ ਆ ਜਿਹਦੇ ਵਿੱਚ ਸਟੇਅ ਦਾ ਆਰਡਰ ਦਿੱਤਾ ਗਿਆ ਕਿ ਕੁਛ ਟਾਈਮ ਵਾਸਤੇ ਜਿਹੜੀ ਫਾਂਸੀ ਉਹ ਰੋਕ ਦਿੱਤੀ ਗਈ ਆ, ਉਹਦੇ ਵਿੱਚ ਸਰਦਾਰ ਜਿਹੜੇ ਹੈਗੇ ਆ ਉਹਨਾਂ ਦੇ ਬੇਟੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਬੇਟੇ, ਉਹਨਾਂ ਨੇ ਇਹ ਗੱਲ ਸਪਸ਼ਟ ਰੂਪ ਵਿੱਚ ਕਹੀ ਗਈ ਆ ਕਿ ਜਿਹੜਾ ਵੀ ਇਹ ਮਾਹੌਲ ਖਰਾਬ ਕਰੂਗਾ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ। ਮਾਹੌਲ ਖਰਾਬ ਕੀਤਾ ਸ਼ਿਵ ਸੈਨਾ ਨੇ, ਮਾਹੌਲ ਖਰਾਬ ਕੀਤਾ RSS ਨੇ, ਔਰ ਉਹ ਗੁੰਡਾ ਲੋਕਾਂ ਨੇ ਜਿਹੜੇ ਸਿੱਖ ਕੌਮ ਦੀਆਂ ਦਸਤਾਰਾਂ ਲਾਉਣ ਦੀ ਕੋਸ਼ਿਸ਼ ਕਰਦੇ ਆ, ਨੌਜਵਾਨਾਂ ਦੇ ਗਾਲਾਂ ਕੱਢਦੇ ਨੇ, ਭੱਦੀ ਸ਼ਬਦਾਵਲੀ ਵਰਤਦੇ ਨੇ। ਕਿਸੇ ਇੱਕ ਵੀ ਸਿੱਖ ਨੌਜਵਾਨ ਨੇ ਸਤਨਾਮ ਵਾਹਿਗੁਰੂ ਦੇ ਜਾਪ ਤੋਂ ਬਗੈਰ ਰਾਜ ਕਰੇਗਾ ਖਾਲਸਾ ਦੇ ਜਿਹੜੇ ਨਾਅਰੇ ਲਾਉਣ ਤੋਂ ਸਿਵਾਏ, ਜਾਂ ਆਪਣੇ ਕੌਮੀ ਸ਼ਹੀਦਾਂ ਨੂੰ, ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ, ਭਾਈ ਅਮਰੀਕ ਸਿੰਘ ਨੂੰ, ਭਾਈ ਜਿੰਦਾ ਸੁੱਖਾ ਔਰ ਭਾਈ ਜਿਹੜੇ ਬਲਵੰਤ ਸਿੰਘ ਰਾਜੋਆਣਾ, ਇਹਨਾਂ ਦੇ ਹੱਕ ਦੇ ਵਿੱਚ ਨਾਅਰੇ ਲਾਉਣਾ ਕੀ ਕੋਈ ਗੁਨਾਹ ਹੈ? ਕਿ ਇਹਨਾਂ ਕੌਮੀ ਸ਼ਹੀਦਾਂ ਨੂੰ ਸਤਿਕਾਰ ਦੇਣਾ ਕੋਈ ਗੁਨਾਹ ਹੈ? ਇਹ ਜਿਹੜੀਆਂ ਕਰਤੂਤਾਂ ਹੋ ਰਹੀਆਂ ਨੇ, ਇਹ ਉਹਨਾਂ ਗੁੰਡਾਗਰਦ ਅਨਸਰਾਂ ਵੱਲੋਂ ਹੋ ਰਹੀਆਂ ਜਿਨ੍ਹਾਂ ਨੂੰ ਪ੍ਰੋਟੈਕਸ਼ਨ ਜਿਹੜੀ ਹੈ ਉਹ ਗੌਰਮੈਂਟ ਵੱਲੋਂ ਦਿੱਤੀ ਜਾ ਰਹੀ ਹੈ, ਔਰ ਉਹਨਾਂ ਨੂੰ ਅੱਲਾਸ਼ੇਰੀ ਦਿੱਤੀ ਜਾ ਰਹੀ ਕਿ ਤੁਸੀਂ ਸਿੱਖ ਨੌਜਵਾਨਾਂ ਨਾਲ ਧੱਕੇਸ਼ਾਹੀ ਕਰੋ। ਗੁਰਦੁਆਰਾ ਸਾਹਿਬ ਦੇ ਵਿੱਚ ਨੌਜਵਾਨ ਬੈਠੇ ਨੇ, ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਆ, ਬਿਨਾਂ ਕਿਸੇ ਵਾਰਨਿੰਗ ਤੋਂ ਉਹਨਾਂ ਦੇ ਉੱਤੇ ਗੋਲੀ ਚਲਾਈ ਜਾਂਦੀ ਹੈ, ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ, ਉਹਨਾਂ ਨੂੰ ਭਜਾ ਭਜਾ ਕੇ ਉਹਨਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ। ਇਸ ਤੋਂ ਵੱਡੀ ਘਟਨਾ ਹੋਰ ਕੀ ਹੋ ਸਕਦੀ? ਬਿਲਕੁਲ ਜੀ, ਸਿੱਖ ਚੈਨਲ ਨੇ ਉਹ ਸਪਸ਼ਟ ਕੀਤਾ, ਪੂਰਾ ਇੱਕ ਜਿਹੜੀ ਵੀਡੀਓ ਗਈ ਹੋਈ ਆ ਸਾਰੇ ਵਰਲਡ ਲੈਵਲ ਤੇ ਸਾਰਿਆਂ ਨੇ ਦੇਖੀ ਆ ਕਿ ਇੱਕਦਮ ਭਜਾ ਭਜਾ ਕੇ ਉਹਨਾਂ ਨੂੰ ਭਜਾ ਭਜਾ ਕੇ ਉਹਨਾਂ ਦੇ ਗੋਲੀਆਂ ਤੇ ਜਿਵੇਂ ਉਹਨਾਂ ਨੇ ਸਾਨੂੰ ਭਜਾਇਆ ਸਾਡੇ ਨੌਜਵਾਨਾਂ ਨੂੰ ਸ਼ਹੀਦ ਕੀਤਾ, ਐਵੇਂ ਉਹਨਾਂ ਨੂੰ ਭਜਾ ਭਜਾ ਕੇ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ, ਤਾਂ ਸਾਡੇ ਹਿਰਦੇ ਸ਼ਾਂਤ ਹੋਣਗੇ। ਆਕੇ ਸੁਣੇ ਨਾ ਕੰਬਲ ਜੰਦੇ ਕਿਤੇ ਆਖੇ ਆਪਣ ਪਾਹੇ ਕਿਤੇ ਕਹਿ ਕਹੇ ਉੱਠੇ ਉੱਠ ਜਾਹੇ ਕੀਤੇ ਕੀਤੇ ਹੋਰ ਕਰੇ ਅਲਾਇ ਆਖ ਨਾ ਸਕੇ ਕੀ ਕੇ ਜੇ ਉੜ ਭਾਵਨ ਦੇ ਬੜ ਹੋਏ ਨਾਨਕ ਦਾਦਾ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਆ ਸਿਰਦਾ ਰਾਗਾਵਾਰ ਸੋ ਦਰ ਕੇ ਆ ਸੋ ਕਾ ਜਿਤ ਬੈ ਸਰਬ ਸੰਭਾਲੀ
ਬਾਜੀ ਨਾਲ ਅਨੇਕ ਅਸੰਖਾ ਬੈਠੇ ਦੇਵਤੇ ਆਦਰ ਨਾਲ फोटो ले लो पिछे पिछे कपड़े पाए गए मुंडे ने मंगे मैंने सोचा ना भी कितने चले कपड़े पा जाए आना तो राजमान मिलते ना फिर दस के क्या राजमान सुती सेवा केते नानक अंत नायंत ज्ञान खंड मह ज्ञान प्रचंड नाथ। वाहिगुरु जी का खालसा वाहिगुरु जी की फतेह। मैं आप जी ने हुण मिलाउण जा रहा उस शहीद सिंह दी माता ते उन्हां दी सिस्टर दे नाल। वाहिगुरु जी का खालसा वाहिगुरु जी की फतेह। माता जी, सब तो पहलो तो असी सारे यूके ते यूरोप दी संगतां वालों उस सिंह नूं जिहड़ा प्रणाम करदे आ, जिहड़ा आप जी का बच्चा सिंह शहीद होया उहनूं असी लख लख वार प्रणाम करदे आ। माता जी, सानूं दसो कि जिहड़ा सिंह शहीद आप जी का बच्चा शहीद होया वा उह आप जी दे घरों किन्ने वजे गया, किदां किदां घटना वापरी, उहदे बारे सानूं दसो। 8:30 वजे मेरा पुत गया घरों, मेरे कोल बह के रोटी खा के तैयार होया वा, ते मैं अंदर आई हाँ तो तैयार हो गया वा, किट च कपड़े भी पा के रखे है, ते मैं कहा बेटा तू तो कॉलेज चलिया वा ते तू कपड़े कल ही किट च पाए आ। मेरा बेटा कहिंदा मम्मी पटियाले जाना राजू आणा नूं मिलन, पटियाले चलिया राजू आणा नूं मिलन। 2 दिन पहला भी मैनू यही गल्लां करदा रहा कि जे 31 मार्च नूं राजू आणा नूं फांसी हो गई ते फिर तू अपना भी पुत शहीद समझी, अपना पुत तू भी ना लभी फिर मां, अपना पुत ना लभी तू भी। ते 8:30 बजे कॉलेज गया वा, पापा इहदे किसान मेला लगा गुरदासपुर उत्थे गए ने, ये कहिंदे भी 12 बजे जसपाल तैनूं मैं फोन करांगा ते कॉलेजों आ जी उत्थे ते आपां बी लै लांगे उत्थे, ते इन्हां ने 12 बजे फोन कीता वा ते मेरा पुत पहले ही खत्म हो गया सी, पहले खत्म हो गया, गोलियां लग चुकियां सी। अजे तक कोई कारवाई नहीं मेरे सामने, कोई कुछ नहीं होया अजे तक। सरकार को की मांग कर दे जे? मांग यही करने के हाडे मेरे बेटे दे नक गोलियां मारियां गईयां ने, मेरे बच्चे नूं पहला बाल लिया दरियां विसा के सतनाम वाहिगुरु दा जाप कर रहे ने, फिर उठ के जिंदे दौड़ो भजो दौड़ जो इतों, जदों दौड़ गया तो फिर पिछों गोलियां मारियां, मेरे पुत ते आ वज्जिया गोली। हाँ, इदा लाठी चार्ज कर डे, डंडे सोटे मार डे पुलिस वाले, नाले गाल गंद बहुत वकन डे। माता जी शीत सिंह नूं प्रणाम करदे आ, बहुत बहुत लख लख प्रणाम करते हैं। हाँ जी भैन जी, ताडा वीर सिंह शहीद होया वा, असी लख लख प्रणाम करते उस सिंह शहीद नूं। तुसीं दसो कि ताडे कोल जो वीर गया वा उन्हें तुहानूं लास्ट दे विच की किया वा? वाहिगुरु जी का खालसा वाहिगुरु जी की फतेह। मैं तो सब तो पहला संगत नूं आही कहांगी कि मेरा वीर दी डैथ नहीं हुई बल्कि मेरा वीर शहीद होया कौम वास्ते। यही उहदा सुपना सी बचपन तो कि मैं अपनी कौम वास्ते शहीद होना ते अपना नाम रोशन करना ते अपने परिवार का नाम रोशन करना। सवेरे असीं इकट्ठे कॉलेज जांदे सी, ओह अपनी बाइक ते जांदा सी, मैं अपनी बाइक ते घरों इकट्ठे तुरदे सी आपां। सवेरे असीं इकट्ठे चले, उहने मैनूं जाण लगे ने बाय कीती आ, मैं कहा कि तू किट च कपड़े क्यों पाए आ, एक्चुअली उहदे किसे फ्रेंड ने मंगवाए सी उहदे कोलों कि मैं पार्टी ते पाउणे आ, ते ओह सानूं कहिंदा वाई हसण डै पिया कहिंदा अज मैं राजूआणे कोल जाणा वा, अज नहीं मैं वापस आउणा हैगा। ਉਹਦੇ ਤੇ ਅੰਦਰੋਂ ਪਰਮਾਤਮਾ ਹੀ ਬੋਲਦੇ ਸੀ ਕਿ ਉਹਨੇ ਸੱਚੀ ਨਹੀਂ ਵਾਪਸ ਆਉਣਾ, ਉਹ ਤੇ ਕਾਲਜ ਹੀ ਗਿਆ, ਉਹ ਸੱਚੀ ਵਾਪਸ ਨਹੀਂ ਆਇਆ।
ਭਾਈ ਜੀ ਅਸੀਂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦੇ ਕਿ ਉਹ ਸਿੰਘ ਜਿਹੜਾ ਸ਼ਹੀਦ ਹੋਇਆ ਵਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਜਿਹੜਾ ਸਿੰਘ ਸ਼ਹੀਦ ਹੋਇਆ ਵਾ ਕੌਮ ਵਾਸਤੇ ਸ਼ਹੀਦ ਹੋਇਆ ਉਹ ਤੁਹਾਡਾ ਕੀ ਲੱਗਦਾ ਸੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੋਰਪੁਰ ਦੀ ਸਾਰੀ ਸਮੂਹ ਸੰਗਤ ਨੂੰ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਸਿੰਘ ਸ਼ਹੀਦ ਹੋਇਆ ਉਹ ਮੇਰਾ ਭਤੀਜਾ ਸੀ, ਮੇਰੇ ਤੋਂ ਛੋਟਾ ਬ੍ਰਦਰ ਸੀ। ਉਹਨਾਂ ਦਾ ਇੱਕੋ ਇੱਕ ਲੜਕਾ ਸੀ, ਇੱਕ ਲੜਕਾ ਅਤੇ ਇੱਕ ਲੜਕੀ ਹੈ। ਸੋ ਉਹਨਾਂ ਦਾ ਇੱਕ ਲੜਕਾ ਸ਼ਹੀਦ ਹੋ ਗਿਆ। ਜੋ ਵੀ ਇੱਥੇ ਗੁਰਦਾਸਪੁਰ ਵੇਖੇਗਾ ਜੋ ਵੀ ਕਾਂਡ ਹੋਇਆ, ਜਾਣ ਬੁੱਝ ਕੇ ਪੁਲਿਸ ਦੀ ਜੋ ਵੀ ਗਿਣੀ ਮਿੱਥੀ ਸਕੀਮ ਸੀ ਉਹਦੇ ਅਨੁਸਾਰ ਸਭ ਕੁਛ ਉਹਨਾਂ ਨੇ ਉਹਨਾਂ ਨੂੰ ਬਿਠਾਲ ਕੇ ਬਾਅਦ 'ਚ ਦੜਾ ਕੇ ਉਹਨਾਂ ਦੇ ਪਿੱਛੇ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ। ਇਸ ਵਿੱਚ ਅੱਜ ਇਸ ਸੰਬੰਧ ਵਿੱਚ ਉਹਨਾਂ ਦਾ ਸੰਸਕਾਰ ਹੈ। ਸੋ ਅੱਜ ਤੁਸੀਂ ਬਾਹਰ ਵੀ ਜਾ ਕੇ ਵੇਖ ਸਕਦੇ ਹੋ ਪੰਡਾਲ ਲੱਗੇ ਆ ਸਾਧ ਸਿੰਘ ਜੀ, ਹਜ਼ਾਰਾਂ ਦੀ ਲੱਖਾਂ ਦੀ ਤਾਦ ਵਿੱਚ ਸਾਰੇ ਪੰਜਾਬ ਤੋਂ ਸੰਗਤਾਂ ਹੁੰਮ ਹੁੰਮ ਆ ਕੇ ਪਹੁੰਚੀਆਂ ਨੇ। ਸੋ ਜੋ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਖਾਲਿਸਤਾਨ ਦੀ ਨੀਂਹ ਰੱਖ ਗਏ ਸਨ, ਉਹਨਾਂ ਨੀਂਹ ਨੂੰ ਹੋਰ ਮਜ਼ਬੂਤ ਕਰਦੇ ਹੋਇਆਂ ਸਾਡੇ ਭਤੀਜੇ ਨੇ ਸ਼ਹੀਦੀ ਦਿੱਤੀ, ਜੋ ਕਿ ਸਾਰੀ ਉਮਰ ਨਹੀਂ ਭੁੱਲ ਸਕਦੀ ਅਤੇ ਸਿੱਖ ਚੜ੍ਹਦੀ ਕਲਾ ਵਿੱਚ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਯਾਦਗਾਰ ਗੇਟ ਬਣਾਇਆ ਜਾਵੇ ਜਾਂ ਕੁਝ ਇਸ ਤਰ੍ਹਾਂ ਦੀ, ਜਿਵੇਂ ਸਿੰਘ ਸਾਹਿਬ ਤੁਸੀਂ ਮਨਾ ਸਮਝਦੇ ਹੋ, ਜਿਹਦੇ ਨਾਲ ਮਤਲਬ ਸਤਿਕਾਰ ਵਾਲੀ ਗੱਲ ਨੇ। ਸਲਾਹ ਉਹਨੂੰ ਬਹੁਤ ਜ਼ਿਆਦਾ ਸਰਾਉਣਾ ਚਾਹੀਦਾ ਕਿ ਬੱਚਾ ਕਿਸ ਤਰ੍ਹਾਂ ਦਾ ਵਾ। ਮੇਰੀ ਇਹ ਡਿਮਾਂਡ ਆ ਪੰਥ ਦੇ ਅੱਗੇ, ਇਸ ਗੱਲ ਦਾ ਫਾਇਰ ਕਰਵਾਇਆ ਜਾਂ ਜਿਹੜੇ ਕੰਟਰੋਲਰ ਸਨ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਕੋਲ ਪੁੱਛਿਆ ਜਾਵੇ ਕਿ ਕਿਨ ਕੀਤਾ, ਜਿਨ ਕੀਤਾ ਉਹਦੇ ਉੱਤੇ ਪੂਰਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ, ਜਿਹੜੀ ਸਜ਼ਾ ਚਾਹੀਦੀ ਆ। ਸਾਡੇ ਬੱਚੇ ਸ਼ਹੀਦ ਕੀਤੇ ਆ, ਉਹਨਾਂ ਨੂੰ ਉਹ ਸਜ਼ਾ ਮਿਲਣੀ ਚਾਹੀਦੀ ਆ। ਨੰਬਰ 3, ਇਹ ਬੱਚੇ ਤੋਂ ਵੱਡੀ ਬੱਚੀ ਆ ਜਿਹੜੇ ਇੰਜੀਨੀਅਰਿੰਗ ਦੇ ਵਿੱਚ ਇਸ ਵੇਲੇ ਤੀਸਰਾ ਸਾਲ ਉਹਦਾ ਖਤਮ ਹੋਣ ਡਿਆ, ਆਹ ਆਖਰੀ ਸਮੈਸਟਰ ਪੜ੍ਹਨ ਡਈ ਆ ਤੀਸਰੇ ਸਾਲ ਦਾ। ਉਹਦੀ ਮੰਗ ਤਾਂ ਬਹੁਤ ਜ਼ਿਆਦਾ ਮੇਰੇ ਨਾਲ, ਮੇਰੇ ਕੋਲ ਮੰਗਦੀ ਰਹਿੰਦੀ ਆ, ਪਾਪਾ ਮੈਂ ਜੇ ਐਮ ਟੈਕ ਕਰਨੀ ਆ। ਖੈਰ ਹੁਣ ਇਸ ਵਕਤ ਉਹ ਹੀ ਰਹਿ ਗਈ ਸਾਡੇ ਕੋਲ, ਜਿਹੜਾ ਸਾਡਾ ਆਸਰਾ ਸੀ ਉਹ ਜਾਂਦਾ ਰਿਹਾ। ਹੁਣ ਉਸ ਬੱਚੀ ਨੂੰ ਸਹਾਰਾ ਦੇ ਕੇ ਉਸ ਨੂੰ ਬਣਦੀ ਸਰਵਿਸ ਜਿਹੜੀ ਆ ਉਹਦੀ ਪੜ੍ਹਾਈ ਦੇ ਮੁਤਾਬਕ ਦਿੱਤੀ ਜਾਵੇ, ਔਰ ਉਹ ਪੜ੍ਹਦੀ ਰਹੇ, ਉਹ ਖਰਚਾ ਆਪਣਾ ਚਲਾ ਸਕੇ, ਉਹ ਪੜ੍ਹਦੀ ਰਹੇ। ਖਾਸ ਜਿਹੜੀਆਂ 3 ਮੰਗਾਂ ਨੇ ਮੇਰੀਆਂ, ਕੋਈ ਖਾਸ ਫਾਲਤੂ ਮੰਗ ਨਹੀਂ ਤੁਹਾਡੇ ਅੱਗੇ, ਕਿਉਂਕਿ ਆਪ ਸੁਪਰੀਮ ਪਾਵਰ ਜੇ, ਆਪ ਜੋ ਕੁਛ ਵੀ ਕਰੋਗੇ ਸੋ ਹੋਣਾ, ਆਪ ਇਹਨਾਂ 'ਤੇ ਕੰਟਰੋਲ ਕਰ ਸਕਦੇ ਹੋ। ਇਸ ਵਕਤ ਜੋ ਕੁਛ ਹੋ ਰਿਹਾ ਇਹ ਬਿਲਕੁਲ ਨਜਾਇਜ਼ ਹੋ ਰਿਹਾ। ਅੱਜ ਤੱਕ ਪੰਜਾਬ ਦੇ ਵਿੱਚ ਕਿਸੇ ਨੇ ਇਹ ਕੰਮ ਨਹੀਂ ਸੀ ਕੀਤਾ ਕਿ ਕਿਸੇ ਨੂੰ ਸਿੱਧੀ ਗੋਲੀ ਮਾਰ ਦੇ। ਮੈਂ ਵੀ ਆਰਮੀ 'ਚ ਸਰਵਿਸ ਕੀਤੀ ਹੋਈ ਆ, ਹੁਕਮ ਮਿਲਦਾ ਵੀ ਗੋਲੀ ਮਾਰਨੀ ਪੈਰਾਂ 'ਚ ਮਾਰ ਦਿਓ, ਉਹ ਕਦੋਂ ਮਾਰੋ? ਜੇ ਉਹਨਾਂ ਨੇ ਕੋਈ ਕਤਲ ਕੀਤਾ, ਉਹਨਾਂ ਨੇ ਕੋਈ ਬੰਦਾ ਮਾਰਿਆ, ਅਤੇ ਤੁਸੀਂ ਪੈਰਾਂ 'ਚ ਗੋਲੀ ਮਾਰਿਓ ਜਾਂ ਹਵਾ 'ਚ ਫਾਇਰ ਕਰ ਦਿਓ,
या तुसी प्लास्टिक दी गोलियां या तुसी पानी दी विचार करो, आ हुकम है सरकार दा। मैं उस दिन SDM साहब नूं बेनती की हाथ जोड़ के परसों के तुसी की आर्डर दिता, कहिंदे मैं कोई आर्डर नहीं दिता, मैं फैर दा कोई आर्डर दिता, पर तहसीलदार को पावर सी क्योंकि कमांडर तहसीलदार सीगा, वो सुप्रीम पावर सीगी, उन्हें कह के मरवाया, जान बुझ के मरवाया मुंडा उन्हें, बिल्कुल जान बुझ के, जबकि बच्चे जिन्होंने फिल्म वेखी आ बच्चे सतगुरु वाहिगुरु का जाप कर रहे हैं। और हुण सवेरे आ गया बच्चा एक साडा इटली तो, एक आ गया इंग्लैंड तो, उन्हें यो ही कि सब कुछ उतों बना के लिया है, उसे सारी खबर तो पहलों पहुंच गई दो चार घंटे, वो असी बना के बच्चे कीर्तन कर रहे। हाँ जी, साडा बच्चा बच भी शायद सकता जे उन्हें कोई मौके से चुकया ही नहीं, किसी ने कोई चुकन वाला ही नहीं, इन्ना डर पैदा हो गया, इन्नी दहशत हो गई, वो जड़े जड़े घर के गेट ने वो भन्ने जिते बच्चे लुके से जाके, वो गेट भन्ने ना, जी गंदियां गाला कड़ियां बिल्कुल बिच पैक ने जड़िया गंदियां गाला कड़ियां ने। इन चीज़ों के उत्ते आप पावर जे सारी इन चीज़ों के उत्ते कंट्रोल होना चाहिए, साड़ी अपनी सरकार आ, सरकार नू इन्हां दे उत्ते कंट्रोल करना चाहिए। गुरदासपुर के हमेशा शिवसेना सिखा दी पगां लाउंदी आ, कदे सिखां दे दंदां उत्ते बट्टे मार रहे, कदे कुछ कर रहे, कदे कुछ कर रहे, ते जे असी कुछ करने आ, फर्ज करो असी किसी नू करने आ ते कुट कुट के मार दिंदे आ बंदे नू, उन्हां दा दस्सदा कोई कुछ नहीं। सो मेरी इन्नी बेनती आ, मैं ज़्यादा टाइम नहीं लैना आपका, मैं आपका बहुत बहुत धन्यवादी हाँ, आप दे हुक्म अनुसार संस्कार होना, जिदा आप कहोगे उदा असी करांगे। ਵਾਰੋਂ ਸਾਰਿਆਂ ਨੂੰ ਸਮਝੀ ਨਾ, ਕਿਉਂਕਿ ਇਹਨਾਂ ਨੇ ਮੇਰੇ ਨਾਲ ਸਾਰੇ ਵਿਚਾਰਾਂ ਕੀਤੀਆਂ, ਅਸੀਂ ਗੱਲ ਸੋਚੀ ਵੀ ਗੱਲ ਉਹ ਕਰੋ ਜਿਹਦੇ ਨਾਲ ਮਤਲਬ ਵੀ ਆਪਾਂ ਸਾਰੇ ਮਿਲ ਬੈਠ ਕੇ ਕੋਈ ਮਤਾ ਪਾਸ ਗੁਰਮਤਾ ਪਾਸ ਕਰ ਸਕੀਏ। ਹਾਂਜੀ, ਜਿਵੇਂ ਬਾਪੂ ਜੀ ਨੇ ਕਿਹਾ ਵਾ ਉਹ ਗੱਲ ਫੱਬਦੀ ਨਹੀਂ ਵੀ ਕਦੇ ਕੋਈ ਆਪਣੀ ਕੋਈ, ਹੈ ਨਾ ਜੀ। ਅਤੇ ਬੇਨਤੀ ਇਸ ਤਰ੍ਹਾਂ ਵਾ ਵੀ ਇੱਕ ਤਾਂ ਇਹਦੇ ਕੌਮੀ ਯਾਦਗਾਰ ਉਹ ਸਰਕਾਰ ਜਾਂ ਸ਼੍ਰੋਮਣੀ ਕਮੇਟੀ ਬਣਾ ਸਾਨੂੰ ਪੂਰਾ ਸਹਿਯੋਗ ਦੇਵੇਗੀ। ਇਹ ਸ਼ਹੀਦ ਦੀ ਫੋਟੋ ਅਜਾਇਬ ਘਰ ਲੱਗਣੀ ਚਾਹੀਦੀ ਹੈ। ਅਤੇ ਇੱਕ ਬੇਨਤੀ ਹੈ ਜੀ, ਵੇਖੋ ਇੱਕ ਸਾਨੂੰ ਇਸ ਗੱਲ ਦਾ ਸਾਰੇ ਮਨ 'ਚ ਗੱਲ ਵਾ, ਅਸੀਂ ਗੁਰਦਾਸਪੁਰ ਦੇ ਵਸਨੀਕ ਵਾਂ, ਨੇੜੇ ਹਾਂ, ਅਤੇ ਸਾਡੇ ਬਜ਼ੁਰਗਾਂ ਵੀ ਬਾਜ਼ਾਰ 'ਚ ਜਾਣ, ਸਾਡੀਆਂ ਧੀਆਂ ਭੈਣਾਂ ਵੀ ਜਾਣ, ਦਾਨੇ ਪ੍ਰਦਾਨੇ ਹਰ ਬੰਦਾ ਬਾਜ਼ਾਰ 'ਚ ਜਾਂਦਾ, ਅਤੇ ਸਾਨੂੰ ਇਸ ਗੱਲ ਦਾ ਮਤਲਬ ਵੀ ਇਹ ਹੁਣ ਇਹ ਜਿਹੜੀ ਗੱਲ ਜਾਪਦੀ ਆ ਵੀ ਜਿਸ ਤਰ੍ਹਾਂ ਇਹ ਭੂਏ ਚੜ੍ਹ ਗਏ ਨੇ, ਜਿਹਨਾਂ ਨੂੰ ਨਾ ਰੋਕਿਆ ਗਿਆ ਕਿ ਜੇ ਬਜ਼ੁਰਗ ਦੀ ਪੱਗ ਨੂੰ ਫਿਰ ਪਾ ਸਕਦੇ ਆ, 28 ਤਰੀਕ ਨੂੰ ਮੁੰਡੇ ਨੇ ਪੱਗਾਂ ਲਾਈਆਂ ਜਿੱਥੋਂ ਗੱਲ ਵਧੀ ਹੈ, ਉਹ ਜਿਹੜੇ ਬੰਦੇ ਨੇ 14-16 ਜਿੰਨੇ ਬੰਦੇ ਨੇ ਉਹ ਸਾਰੇ ਸਾਰੇ ਅੰਦਰ ਹੋਣੇ ਚਾਹੀਦੇ ਉਹ ਵੀ। ਹਾਂਜੀ, ਅਤੇ ਉਹਦੇ ਨਾਲ ਗੱਲ ਇਹ ਆ ਵੀ ਇਹੋ ਜਿਹਾ ਠੋਸ ਉਪਰਾਲਾ ਕੀਤਾ ਜਾਵੇ, ਆਪ ਜੀ ਕਰਵਾਓ ਹੁਕਮ ਦੇ ਕੇ, ਕਿਉਂ ਆਪ ਜੀ ਦਾ ਹੁਕਮ ਹੈ, ਹੁਕਮ ਦੇ ਕੇ ਸੰਦੇਸ਼ ਦੇ ਕੇ ਜੋ ਠੋਸ ਉਪਰਾਲਾ ਕਰਾਓ ਵੀ ਕਿਸੇ ਭੱਦਰ ਪੁਰਸ਼ ਦੀ ਜਾਂ ਕਿਸੇ ਧੀ ਭੈਣ ਦੀ ਅੱਗੇ ਵਾਸਤੇ ਹੱਥ ਇਹ ਧਮਾਤ ਪਾਉਣ ਦੀ ਜ਼ਰੂਰਤ ਨਾ ਕਰਨ, ਇਹ ਆਪ ਜੀ ਅੱਗੇ ਬੇਨਤੀ ਹੈ ਜੀ। ਜੋ ਵੀ ਹੁਣ ਮਤਲਬ ਅੱਗੇ ਬਣਨ ਵਾਲੀ ਅੱਗੇ ਹੋਣ ਬਾਅਦ ਜੋ ਦੋਸ਼ੀਆਂ ਨੂੰ ਸਜ਼ਾ ਦਵਾਉਣੀ, ਉਹ ਪੰਥ ਦਾ ਕੰਮ ਤੁਹਾਡਾ ਕੰਮ ਆ, ਸਭ ਤੋਂ ਉੱਤਮ ਜਿਹੜੀ ਸਰਵੋਤਮ ਸਾਡੇ ਕਾਲ ਤਖ਼ਤ ਸਾਹਿਬ ਆ, ਆਪਾਂ ਉਹਨਾਂ ਦਾ ਆਦਰ ਸਨਮਾਨ ਕਰਨੇ ਆ, ਚੜ੍ਹਦੀ ਕਲਾ ਵੀ ਮੰਨਦੇ ਆ, ਸਾਰਾ ਕੁਝ ਹੁਕਮ ਵੀ ਮੰਨੀ ਦਾ, ਪਰ ਇਹ ਜਿਹੜਾ ਕੰਮ ਕਾਰ ਹੋਣ ਡਿਆ ਬਹੁਤ ਗਲਤ ਹੋਣ ਡਿਆ, ਕਿਉਂ ਇੱਕ ਪਾਸੇ ਜਿੱਥੇ ਵੀ ਕੋਈ ਹੋਣ ਡਿਆ, ਜਿੱਥੇ ਵੀ ਕੋਈ ਹੋਣ ਡਿਆ, ਸਿੱਖਾਂ ਦੇ ਘਾਣ ਹੋਣ ਡਿਆ, ਜੇ ਲੁਧਿਆਣੇ ਹੋਇਆ, ਜੇ ਜਲੰਧਰ ਹੋਇਆ, ਸਰਸੇਵਾਲ ਆਇਆ, ਉਹ ਨਰਕ ਆਪਣਾ ਜਿਹੜਾ ਜਿਹਨੂੰ ਸੱਚੇ ਛੋਡੇ ਝੂਠੇ ਛੋਡੇ ਵਾਲਾ ਉਹ ਆ ਗਿਆ, ਜਿਹੜਾ ਵੀ ਆ ਗਿਆ ਉਹਨਾਂ ਨੂੰ ਕੋਈ ਨਹੀਂ ਪੁੱਛਦਾ, ਜਿਹੜਾ ਨੁਕਸਾਨ ਹੁੰਦਾ ਉਹ ਸਿੱਖਾਂ ਦਾ ਹੁੰਦਾ, ਉਹ ਵੱਖਰਾ ਸਿੱਖਾਂ ਦਾ ਕਰਕੇ ਜਾਂਦੇ ਆ, ਉਹ ਸਰਕਾਰ ਜਿਹੜੀ ਆ ਉਹ ਹੋਰ ਸਿੱਖਾਂ ਦਾ ਕਰਦੇ ਨਾਲ, ਇਹ ਗੋਲੀਆਂ ਜਿਹੜੀਆਂ ਸਿੱਖਾਂ ਦੇ ਚੱਲਦੀਆਂ, ਨਾ ਕਿ ਦੂਜੇ ਪਾਸੇ ਕੋਈ ਕਿਸੇ ਤੇ ਕੋਈ ਇਹੋ ਜਿਹੀ ਗੱਲਬਾਤ ਨਹੀਂ ਕੋਈ ਵੀ ਹੁੰਦੀ। ਸਾਡੀ ਹੱਥ ਜੋੜ ਕੇ ਇਹੋ ਬੇਨਤੀ ਆ ਵੀ ਜੋ ਸਿੱਖੀ ਆ ਫੁਲਵਾੜੀ ਜਿਹੜੀ ਆ ਇਹਨੂੰ ਵਧਣ ਫੁੱਲਣ ਦਿਓ, ਚੜ੍ਹਦੀ ਕਲਾ ਵਾਸਤੇ ਅਰਦਾਸ ਕਰੋ ਅਤੇ ਇਹੋ ਜਿਹਾ ਕੰਮ ਕਰੋ ਕਿ ਜੋ ਇਹੋ ਜਿਹੇ ਕੰਮ ਨਾ ਹੋਣ। ਆ ਥੋੜ੍ਹੇ ਟਾਈਮ ਤੋਂ ਸਿੱਖਾਂ ਦੀ ਚੜ੍ਹਦੀ ਕਲਾ ਹੋ ਰਹੀ ਸੀ, ਬੜੀ ਚੜ੍ਹਦੀ ਕਲਾ ਹੋ ਰਹੀ ਸੀ, ਪਰ ਹੁਣ ਥੋੜ੍ਹੇ ਟਾਈਮ ਦੇ ਵਿੱਚ ਹੀ ਤੁਹਾਨੂੰ ਵੇਖ ਲਓ ਵੀ ਇੱਕ ਬੰਦਾ ਬਚਾਉਣ ਵਾਸਤੇ ਹੁਣ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਹੋਣੀਆਂ ਨੇ, ਇਹਦੇ ਸ਼ੁਰੂਆਤ ਹੋਈ ਆ ਅਜੇ, ਇਹਦੇ ਪਿੱਛੇ ਹੁਣ ਵੇਖੋ ਕਿੰਨੀਆਂ ਕੁਰਬਾਨੀਆਂ ਹੋਣੀਆਂ ਨੇ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਵੀ ਇਹ ਐਡਮਿਨਿਸਟ੍ਰੇਸ਼ਨ ਦੀ ਬਹੁਤ ਵੱਡੀ ਨਲਾਇਕੀ ਹੈ,